ਅਗਲੇ ਮਹੀਨੇ 3 ਤੱਕ ਹੋ ਗਏ, 50 ਤੋਂ 30 ਤੱਕ। ਹਾਂਜੀ ਬਹੁਤ, ਮਤਲਬ ਜਿਸ ਹਿਸਾਬ 'ਚ ਦੁਨੀਆ ਨਿਕਲ ਰਹੀ ਹੈ ਔਰ ਜਿਸ ਹਿਸਾਬ 'ਚ ਹਿੰਦੁਸਤਾਨ ਨਿਕਲ ਰਿਹਾ ਹੈਗਾ, ਇਹ ਠੀਕ ਹੈ ਕਿ ਹਿੰਦੁਸਤਾਨ 'ਚ ਜਿਹੜੇ ਕੇਸ ਹੈਗੇ ਉਹਨਾਂ ਦੀ ਗਿਣਤੀ ਘੱਟ ਹੈਗੀ ਹੈ, ਪਰ ਉਹਨੇ ਟੈਸਟ ਵੀ ਘੱਟ ਹੈਗੇ, ਇਸ ਕਰਕੇ ਇਹ ਸਮਾਜ ਵਿੱਚ ਕਿੰਨਾ ਕੁ ਬਿਮਾਰੀ ਦੀ ਜਿਹੜੀ ਫੈਲੀ ਹੋਈ ਹੈ ਇਹਦਾ ਸਹੀ ਅੰਦਾਜ਼ਾ ਲਾਉਣਾ ਬੜਾ ਮੁਸ਼ਕਿਲ ਹੈਗਾ ਹੈ। ਅਤੇ ਹੁਣ ਤੱਕ ਇਉਂ ਲੱਗਦਾ ਕਿ ਜਿਹੜਾ ਲੋਕਡਾਊਨ ਸੀ ਪਿਛਲਾ ਉਹਨੇ ਬਿਮਾਰੀ ਦੇ ਵਧਣ ਤੋਂ ਰੋਕਣ 'ਚ ਮਦਦ ਕੀਤੀ ਹੈ, ਔਰ ਉਮੀਦ ਹੈ ਕਿ ਇਸ ਜਿਹੜੇ ਪਿਛਲੇ ਸਮੇਂ ਦੌਰਾਨ ਜਿਹੜੇ ਪ੍ਰਵਾਸੀ ਮਜ਼ਦੂਰਾਂ ਨੂੰ ਜਿਹੜੇ ਸ਼ਹਿਰਾਂ 'ਚ ਡੱਕੇ ਗਏ ਨੇ, ਚਾਹੇ ਅਹਿਮਦਾਬਾਦ ਹੈ, ਚਾਹੇ ਉਹ ਦਿੱਲੀ ਹੈਗਾ, ਚਾਹੇ ਉਹ ਹਿੰਦੁਸਤਾਨ ਦੇ ਬੰਬੇ ਹੈ, ਚਾਹੇ ਪੁਣੇ ਹੈ, ਚਾਹੇ ਵੱਖ ਵੱਖ ਸ਼ਹਿਰਾਂ 'ਚ ਜਿਹੜੇ ਬਿਹਾਰ ਦੇ, ਯੂਪੀ ਦੇ, ਝਾਰਖੰਡ ਦੇ ਜਾਂ ਹੋਰ ਇੱਕ ਤਾਂ ਦੂਜੇ ਸੂਬੇ 'ਚ ਮਜ਼ਦੂਰ ਡੱਕੇ ਪਏ ਹੈਗੇ ਹੈ, ਉਹਨਾਂ ਵੱਲ ਉਹਨਾਂ ਦੀ ਜੋ ਹਾਲਤ ਹੈਗੀ ਹੈ ਉਹ ਉਹਨਾਂ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਹ ਕਾਫੀ ਤਰਸਮਈ ਹਾਲਤ 'ਚ ਹੈ, ਬੱਚਿਆਂ ਨੂੰ ਖੁਰਾਕ ਨਹੀਂ ਮਿਲਦੀ, ਲੋਕ ਭੁੱਖੇ ਸੌ ਰਹੇ ਹੈਗੇ ਹੈ, ਲੋਕਾਂ ਨੂੰ ਰਹਿਣ ਵਾਸਤੇ ਮਕਾਨ ਨਹੀਂ ਹੈਗਾ, ਮਤਲਬ ਕੋਈ ਸ਼ੈਲਟਰ ਨਹੀਂ ਪ੍ਰੋਪਰ ਹੈਗਾ ਹੈ, ਅਤੇ ਵੱਡੀ ਦਮਗੇ ਦੇ ਬਹੁਤ ਵੱਡੇ ਵੱਡੇ ਮਾਰੇ ਜਾ ਰਹੇ ਵੱਖ ਵੱਖ ਮੁੱਖ ਮੰਤਰੀਆਂ ਵੱਲੋਂ, ਪਰ ਅਸਲ ਵਿੱਚ ਔਨ ਦਾ ਗਰਾਊਂਡ ਜੋ ਰਿਪੋਰਟ ਹੈਗੀ ਉਹ ਬਹੁਤ ਮਾੜੀ ਆ ਰਹੀ ਹੈ। ਲੋਕ ਤਰਲੇ ਲੈ ਰਹੇ ਕਿ ਸਾਡੇ ਕੋਲ ਖਾਣ ਨੂੰ ਕੁਛ ਨਹੀਂ, ਸਾਡੇ ਕੋਲ ਸਾਡੇ ਬੱਚੇ ਤਰਸਦੇ ਪਏ ਨੇ ਖੁਰਾਕ ਵਾਸਤੇ, ਅਸੀਂ ਖੁਦ ਭੁੱਖੇ ਪੇਟ ਸੌਂਦੇ ਹੈਗੇ ਹਾਂ। ਅਤੇ ਮੇਰਾ ਖਿਆਲ ਹੈ ਕਿ ਜਿਹੜੀ ਇਹ ਸਕੀਮ ਹੈਗੀ ਹੈ ਕਿ ਜਿਹਨਾਂ ਦੇ ਕਾਰਡ ਹੋਲਡਰ ਹੈ ਜਾਂ ਦਿੱਲੀ ਦੇ ਰਾਸ਼ਨ ਕਾਰਡ ਹੈ ਉਹ ਰੱਦ ਕਰਕੇ ਜਿਹੜਾ ਵੀ ਬੰਦਾ ਉੱਥੇ ਰੁਕਿਆ ਹੋਇਆ ਉਹਨੂੰ ਬਿਨਾਂ ਕਿਸੇ, ਚਾਹੇ ਕਾਰਡ ਹੈ ਚਾਹੇ ਨਹੀਂ ਹੈਗਾ, ਚਾਹੇ ਉਹ ਦਿੱਲੀ ਦਾ ਨਾਗਰਿਕ ਹੈ ਚਾਹੇ ਨਹੀਂ ਹੈਗਾ, ਉਹਨਾਂ ਨੂੰ ਖੁੱਲ੍ਹੇਆਮ ਮਤਲਬ ਸ਼ਰੇਆਮ ਹਰ ਇੱਕ ਨੂੰ ਖੁਰਾਕ ਦੀ ਮੁਹੱਈਆ ਕਰਨੀ ਚਾਹੀਦੀ ਹੈਗੀ ਹੈ। ਔਰ ਜਿਹਨਾਂ ਨੂੰ ਕੱਚੀ ਖੁਰਾਕ ਦੀ ਲੋੜ ਹੈ ਕੱਚੀ ਖੁਰਾਕ ਦਿਓ, ਜਿਹਨਾਂ ਨੂੰ ਪੱਕੀ ਖੁਰਾਕ ਦੀ ਲੋੜ ਹੈ ਪੱਕੀ ਖੁਰਾਕ ਦਿਓ। ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਸ਼ਾਇਦ ਮਤਲਬ ਆਪਾਂ ਇਹ ਜਿਹੜਾ ਮਹਾਂਮਾਰੀ ਦਾ ਜਿਹੜਾ ਭਿਆਨਕ ਰੂਪ ਜੋ ਇਟਲੀ 'ਚ, ਸਪੇਨ 'ਚ, ਅਮਰੀਕਾ 'ਚ ਜੋ ਦੇਖਣ ਨੂੰ ਮਿਲ ਰਿਹਾ ਉਹ ਸ਼ਾਇਦ ਆਪਾਂ ਉਹ ਤੋਂ ਬਚ ਸਕੀਏ। ਔਰ ਜਿਹੜੀ ਸੋਸ਼ਲ ਡਿਸਟੈਂਸਿੰਗ ਹੈ ਕਿ 6-6 ਫੁੱਟ ਤੋਂ ਜਾਂ 8 ਫੁੱਟ ਦੀ ਦੂਰੀ ਤੋਂ ਦੂਜੇ ਨਾਲ ਗੱਲ ਕੀਤੀ ਜਾਵੇ, ਰਿਹਾ ਜਾਵੇ, ਅਤੇ ਜਾਂ ਮਤਲਬ ਜਿਹੜੀ ਉਹ ਹਾਲਤਾਂ ਨਹੀਂ ਆਈ ਕਿ ਮਾਸਕ ਪਾ ਕੇ ਬਾਜ਼ਾਰਾਂ ਨਿਕਲਿਆ ਜਾਵੇ, ਪਰ ਘੱਟੋ ਘੱਟ ਸੋਸ਼ਲ ਡਿਸਟੈਂਸਿੰਗ ਅਤੇ ਵਾਰ ਵਾਰ ਹੱਥ ਧੋਣਾ, ਆਪਣੀ ਸਫਾਈ ਦਾ ਖਿਆਲ ਰੱਖਣਾ, ਇਹ ਸਾਰੇ ਦੇਸ਼ ਵਾਸੀਆਂ ਵਾਸਤੇ ਬਹੁਤ ਜ਼ਰੂਰੀ, ਸਾਰੇ ਪੰਜਾਬੀਆਂ ਵਾਸਤੇ ਬਹੁਤ ਜ਼ਰੂਰੀ ਹੈਗਾ। ਔਰ ਮੈਂ ਸਮਝਦਾ ਕਿ ਇਮਾਨਦਾਰੀ ਨਾਲ ਜਿਹਨਾਂ ਬੰਦਿਆਂ ਨੂੰ ਪ੍ਰੋਬਲਮ ਹੈਗੀ ਹੈ ਉਹ ਸਾਰਿਆਂ ਦੀ ਮਤਲਬ ਟੈਸਟਿੰਗ ਕੀਤੀ ਜਾਵੇ, ਔਰ ਜਿਹਨਾਂ ਬੰਦਿਆਂ ਨੂੰ ਪ੍ਰੋਬਲਮ ਹੈਗੀ ਉਹ ਇਮਾਨਦਾਰੀ ਨਾਲ ਰਿਪੋਰਟ ਵੀ ਕਰਨ, ਔਰ ਕਿਸੇ ਵੀ ਇੱਕ ਫਿਰਕੇ ਦੇ ਮਤਲਬ ਦੁਆਲੇ ਜਾਂ ਉਸ ਜੰਬਰ ਖਾਣ ਦੀ ਜਿਹੜੀ ਨੀਤੀ ਹੈ ਮੈਂ ਇਹਦਾ ਵਿਰੋਧ ਕਰਦਾ ਹੈਗਾ ਹਾਂ। ਕਦੇ ਵੀ ਕੋਈ ਮਹਾਂਮਾਰੀ ਵਾਸਤੇ ਨਾ ਕਿਸੇ ਵਿਸ਼ੇਸ਼ ਖੇਤਰ ਨੂੰ, ਨਾ ਵਿਸ਼ੇਸ਼ ਦੇਸ਼ ਨੂੰ, ਨਾ ਵਿਸ਼ੇਸ਼ ਸ਼ਹਿਰ ਨੂੰ, ਨਾ ਵਿਸ਼ੇਸ਼ ਫਿਰਕੇ ਨੂੰ ਕਦੇ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਂਦਾ ਹੈਗਾ। ਅਤੇ ਪਹਿਲਾਂ ਇਹਨੂੰ ਜੋ ਵੁਹਾਨ ਵਾਇਰਸ ਕਹਿੰਦੇ ਸੀਗੇ, WHO ਨੇ ਉਸਨੂੰ ਇਹ ਕਿਹਾ ਕਿ ਬਾਈ ਨੇਮ ਕਿਸੇ ਸ਼ਹਿਰ ਨੂੰ ਮਤਲਬ ਸਟਿਗਮੇਟਾਈਜ਼ ਕਰਨਾ ਜਾਂ ਉਹਦੇ 'ਤੇ ਮਤਲਬ ਕਿਸੇ ਨੂੰ ਜੋੜ ਦੇਣਾ ਇਹ ਅਖਲਾਕੀ ਤੌਰ 'ਤੇ ਗਲਤ ਹੈਗਾ। ਸੋ ਮੈਂ ਸਮਝਦਾ ਕਿ ਨਾ ਕਿਸੇ ਸ਼ਹਿਰ ਨਾਲ, ਨਾ ਕਿਸੇ ਕਸਬੇ ਨਾਲ, ਨਾ ਕਿਸੇ ਕੰਟਰੀ ਨਾਲ, ਨਾ ਕਿਸੇ ਮਜ਼ਹਬ ਨਾਲ ਇਸ ਨਾਲ ਕਿਸੇ ਵੀ ਤਰ੍ਹਾਂ ਜੋੜਨਾ ਇਹ ਗਲਤ ਰਵਾਇਤ ਹੈਗੀ ਹੈ, ਇਹ ਅੰਤਰਰਾਸ਼ਟਰੀ ਕਾਨੂੰਨਾਂ ਦੀਆਂ ਉਲੰਘਣਾ ਹੈਗੀ ਹੈ, ਇਹ ਨਹੀਂ ਹੋਣੀ ਚਾਹੀਦੀ। ਮੈਂ ਸਭ ਨੂੰ ਬੇਨਤੀ ਕਰਦਾ ਕਿ ਜਿਹੜਾ ਸੰਸਾਰ ਤੱਕ ਕੋਈ ਸਾਡੇ ਹਾਲਤ ਹੈ ਆਪਾਂ ਸਭ ਨੂੰ ਘੱਟਾ ਕਰਾਂਗੇ। ਹੁਣ 6 ਤਰੀਕ ਕਰਫਿਊ ਕੀਤਾ ਗਿਆ ਸੀਗਾ, ਅੱਜ ਵੀਰੋ ਮੋਦੀ ਸਰਕਾਰ ਵੱਲੋਂ 3 ਅਪ੍ਰੈਲ 3 ਮਈ ਤੱਕ ਕਰਤਾ ਕਰਫਿਊ ਲੋਕਡਾਊਨ ਕੀਤਾ ਗਿਆ। ਦੇਖੋ ਪਹਿਲਾਂ ਵੀ ਇਹ ਸੀਗਾ, ਪੰਜਾਬ ਨੇ ਪਹਿਲਾਂ ਕੀਤਾ, ਦਿੱਲੀ ਨੇ ਬਾਅਦ 'ਚ ਕੀਤਾ ਸੀ, ਹੁਣ ਵੀ ਇਹਨਾਂ ਨੇ 30 ਤੱਕ ਕੀਤਾ, 3 ਤੱਕ ਕੀਤਾ, ਮੇਰੇ 3 ਤੱਕ ਹੀ ਜਾਊਗਾ ਇਹ, ਮੈਨੂੰ ਉਮੀਦ ਹੈਗੀ ਕਿ ਪੰਜਾਬ ਵੀ 3 ਤੱਕ ਲੈ ਕੇ ਜਾਊਗਾ। ਕੋਈ ਰਾਜ ਵੀ ਨਹੀਂ ਚਾਹੂਗਾ ਕਿ ਅਸੀਂ ਆਪਣੀ ਜਿਹੜੀ ਪਾਪੂਲੇਸ਼ਨ ਹੈ ਉਹਨੂੰ ਖਤਰੇ ਨੂੰ ਪਾਈਏ ਹੈਗਾ, ਔਰ ਜੇ ਕਾਰਗਰ ਤਰੀਕਾ ਹੈਗਾ ਹੈ ਜਿਹਦੇ ਬਾਰੇ ਅਜੇ ਪੂਰੀ ਤਰ੍ਹਾਂ ਸਟੱਡੀ ਨਹੀਂ ਹੈਗੀ ਹੈ ਕਿ ਸੱਚਮੁੱਚ ਕਾਰਗਰ ਹੈ, ਕਿਉਂਕਿ ਨੰਬਰ ਆਫ ਟੈਸਟ ਕੰਡਕਟਡ ਉਹ ਬਹੁਤ ਘੱਟ ਹੈਗੇ ਹੈ ਯੂਰਪ ਦੇ ਮੁਕਾਬਲੇ, ਅਮਰੀਕਾ ਦੇ ਮੁਕਾਬਲੇ ਵਿੱਚ। ਸੋ ਇਸ ਕਰਕੇ ਮੈਨੂੰ ਉਮੀਦ ਹੈ ਕਿ ਜਿਹੜੀ ਰੈਪਿਡ ਟੈਸਟਿੰਗ ਕਿੱਟਸ ਹੈਗੀਆਂ ਉਹ ਫ੍ਰੀਕੁਐਂਟ ਅਵੇਲੇਬਲ ਹੋਣਗੀਆਂ ਸਾਰੇ ਡਿਸਟ੍ਰਿਕਟ ਹੈੱਡਕੁਆਰਟਰ 'ਤੇ ਜਾਂ ਸਾਰੇ ਮਤਲਬ ਦੇਸ਼ ਵਿੱਚ, ਜਿਹਦੇ ਨਾਲ ਮਤਲਬ ਸਹੀ ਅੰਦਾਜ਼ਾ ਬਿਮਾਰੀ ਦੀ ਮਿਕਦਾਰ ਕਿੰਨੀ ਹੈ, ਕੁਆਂਟਮ ਕੀ ਹੈ ਬਿਮਾਰੀ ਦਾ, ਵੋਲਿਊਮ ਕੀ ਹੈ, ਉਹਦੇ ਬਾਰੇ ਸਹੀ ਅੰਦਾਜ਼ਾ ਲੱਗ ਸਕੇ। ਬੀਤੇ ਦਿਨ ਪੁਲਿਸ ਵਾਲੇ 'ਤੇ ਹਮਲਾ ਸੀ, ASI ਦੀ ਬਾਂਹ ਕੱਟੀ ਗਈ ਸੀ, ਬੈਂਸਾ ਦਾ ਬਿਆਨ ਆਇਆ ਵੀ ਤਾੜੇ ਦੋਨੋਂ ਹੱਥਾਂ ਨੂੰ ਵੱਜਦੀ ਹੈ, ਪਹਿਲਾਂ ਪੁਲਿਸ ਵਾਲੇ ਨੇ ਗਾਲਾਂ ਕੱਢੀਆਂ ਸੀਗੀਆਂ, ਫਿਰ ਹੱਥ ਕੱਟਿਆ, ਗੁੱਸਾ ਗਿਆ, ਹੱਥ ਕੱਟਿਆ ਗਿਆ, ਪੁਲਿਸ ਦੀ ਪਹਿਲਾਂ ਗਲਤੀ ਦੇ ਪੁਲਿਸ ਨਜਾਇਜ਼ ਕਰਦੀ ਆ, ਧੱਕੇ ਨਾਲ ਕਰਫਿਊ ਲੰਘ ਰਹੇ, ਡਾਂਗਾ ਮਰਦੇ ਰਹਿ ਜਾਂਦੇ ਇਹਦੇ। ਦੇਖੋ ਇਹ ਜਿਹੜਾ ਹੈ ਨਾ ਬੈਂਸ ਸਾਹਿਬ ਦਾ ਬਿਆਨ ਹੈਗਾ ਹੈ, ਇਹ ਮੇਰਾ ਖਿਆਲ ਹੈ ਆਪਾਂ ਨੂੰ ਦੇਖ ਲੈਣਾ ਚਾਹੀਦਾ ਕਿ ਵੀ ਕਿਹਨਾਂ ਹਾਲਤਾਂ 'ਚ ਹੋਇਆ, ਜੀ ਇੰਡੀਪੈਂਡੈਂਟ ਇਨਕੁਆਇਰੀ ਹੋ ਜਾਣੀ ਚਾਹੀਦੀ ਹੈਗੀ ਹੈ, ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ। ਪੁਲਿਸ ਕਿੰਨੀ ਕਸੂਰਵਾਰ ਹੈ, ਨਿਹੰਗ ਕਿੰਨੇ ਕਸੂਰਵਾਰ ਹੈ, ਵਾਧਾ ਕਿਹਨੇ ਕੀਤਾ ਹੈਗਾ,
ਜਾਂ ਉਹ ਸਾਰੇ ਕੁਛ ਵੀ ਜਿਹੜੀ ਇੱਕ ਇੰਡੀਪੈਂਡੈਂਟ ਇਨਕੁਆਇਰੀ ਕੀਤੀ ਜਾ ਸਕਦੀ ਹੈਗੀ ਹੈ। ਹਾਲ ਦੀ ਘੜੀ ਕਿਸੇ ਦੇ ਵੀ ਪੱਖ ਵਿੱਚ ਸਟੈਂਡ ਲੈਣਾ, ਚਾਹੇ ਪੁਲਿਸ ਦੇ ਪੱਖ ਵਿੱਚ ਕੋਈ ਹੈ, ਮਤਲਬ ਕੋਈ ਪੁਲਿਸ ਨੂੰ ਮਤਲਬ ਬਣਾ ਕੇ ਪੇਸ਼ ਕਰੇ, ਚਾਹੇ ਉਹ ਨਿਹੰਗਾਂ ਨੂੰ ਬਣਾ ਕੇ ਪੇਸ਼ ਕਰੇ, ਮੇਰਾ ਖਿਆਲ ਹੈ ਕਿ ਇਨਕੁਆਇਰੀ ਹੋ ਜਾਣੀ ਚਾਹੀਦੀ ਹੈਗੀ ਹੈ ਜੇ ਕੁਛ ਲੋਕ ਮਹਿਸੂਸ ਕਰਦੇ ਹੈਗੇ ਹੈ। ਨਹੀਂ ਬਿਆਨ ਕਿੰਨਾ ਸਹੀ, ਇਸ ਟਾਈਮ ਦੇ ਬਾਂਹ ਕੱਟੀ ਗਏ, ਕਰਫਿਊ ਲੱਗੇ, ਕਿੰਨਾ ਸਹੀ ਹੈ ਬਿਆਨ ਇਹ ਟਾਈਮ ਦੇ ਨੇ। ਦੇਖੋ ਇਸ ਤਰ੍ਹਾਂ ਹਿੰਸਾ ਨੂੰ ਬੜਾਵਾ ਨਹੀਂ ਦਿੱਤਾ ਜਾ ਸਕਦਾ ਬਿਲਕੁਲ ਹੀ, ਕਿ ਵੀ ਤੁਸੀਂ ਮਤਲਬ ਹਿੰਸਾ ਨੂੰ ਬੜਾਵਾ ਦਿਓ ਅਤੇ ਇਸ ਗੱਲ ਨੂੰ ਮਤਲਬ ਕਿਸੇ ਨਾ ਕਿਸ ਤਰ੍ਹਾਂ ਉਹਨੂੰ ਬਰਾਬਰ ਲਿਆ ਕੇ ਖੜੀ ਕਰੋ। ਜੇ ਗਾਲੀ ਗਲੋਚ ਹੋਏ ਸੀ, ਗਾਲੀ ਗਲੋਚ ਦਾ ਜਵਾਬ ਗਾਲੀ ਗਲੋਚ ਨਾਲ ਦਿੱਤਾ ਜਾ ਸਕਦਾ ਸੀ, ਜਾਂ ਜਿਹੜੀ ਤੂੰ ਮੈਂ ਨਾਲ ਹੋ ਸਕਦਾ ਸੀਗਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਬਿਆਨ 'ਚ ਮੈਨੂੰ ਸੰਤੁਲਨ ਨਹੀਂ ਲੱਗਦਾ। ਪੰਜਾਬ ਸਰਕਾਰ ਜਾਂ ਅਨਾਜ ਕਿੰਨਾ ਦਿੱਤਾ ਯਾਰ ਲੋਕਾਂ ਨੂੰ, ਜਿਹੜਾ ਕਰਫਿਊ ਲੱਗਿਆ, ਕੋਈ ਹੈਲਪ ਕਿੰਨੀ ਦਿੱਤੀ ਪਟਿਆਲਾ ਸਿਟੀ 'ਚ? ਹਾਂਜੀ ਪਟਿਆਲਾ ਰਾਸ਼ਨ, ਦੇਖੋ ਬੜੀ ਇੱਕਾ ਦੁੱਕਾ ਹੈਗੀ, ਆਪਣੇ ਐਮਸੀਆਂ ਥਰੂ ਵੰਡ ਰਹੀ ਹੈ, ਔਰ ਹਮੇਸ਼ਾ ਜਿਹੜੀ ਜਿਹੜੀ ਸਿਆਸਤ ਹੈਗੀ ਹੈ ਇਸ ਮਾਮਲੇ 'ਚ ਹੁਣ ਵੀ ਹੋ ਰਹੀ ਹੈ, ਪਹਿਲਾਂ ਵੀ ਜਦੋਂ ਵੀ ਰਾਹਤ ਆਉਂਦੀ ਹੈ, ਚਾਹੇ ਉਹ ਕਿਸਾਨਾਂ ਨੂੰ ਗੜਿਆਂ ਦਾ ਮੁਆਵਜ਼ਾ ਹੋਵੇ, ਚਾਹੇ ਹੜ੍ਹ ਦਾ ਮੁਆਵਜ਼ਾ ਹੋਵੇ, ਤਾਂ ਹਮੇਸ਼ਾ ਸਿਆਸੀ ਤੌਰ 'ਤੇ ਪੱਟ ਪੱਟ ਕੀਤਾ ਜਾਂਦਾ ਹੈਗਾ। ਔਰ ਹੁਣ ਵੀ ਬਹੁਤ ਸਾਰੀਆਂ ਜਿਹੜੀਆਂ ਪਿੰਡਾਂ 'ਚ ਪੰਚਾਇਤਾਂ ਨੇ, ਖਾਸ ਤੌਰ 'ਤੇ ਜੋ ਸ਼ਹਿਰ 'ਚ ਮਿਊਨਸੀਪਲ ਕੌਂਸਲਰ ਨੇ, ਇਹ ਜਿਸ ਨਿਰਪੱਖਤਾ ਨਾਲ ਇਹ ਗ੍ਰਾਂਟਾਂ ਵੰਡੀਆਂ ਜਾਣੀ ਚਾਹੀਦੀਆਂ, ਜਾਂ ਇੱਕ ਕਿੱਟਾਂ ਜਾਂ ਜਿਹੜੀ ਮਦਦ ਦੀਆਂ ਸਮਾਨ ਵੰਡਿਆ ਜਾਣਾ ਚਾਹੀਦਾ ਹੈਗਾ, ਉਸ ਨਿਰਪੱਖਤਾ ਨੂੰ ਨਹੀਂ ਵੰਡਿਆ ਜਾ ਰਿਹਾ।